दरबार जी महाराज की पेंटिंग है, जिन्ने राजे हुए इतने 31 राजे हुए जी, 31 राजे हुए जी टोटल, इस महल से राज किया जिन्होंने। हजे भी जिहड़ियां इन्हां दी पीढ़ियां अगे हैगियां जी, वो अपने जिहड़े भी काम करने वाले पूरे अपने उस शानो शौकत दे नाल जिदा कह लो कि अपनी परंपरा के अनुसार ही करते हैं जी। ਇਹ ਚੀਜ਼ ਉੱਧਰ ਦਿਖਣਾ ਚੈੱਕ ਕਰੋ ਜੀ ਤੁਸੀਂ ਕੰਮ ਮੀਨਾਕਾਰੀ ਦਾ, ਨਾ ਕਿਆ ਜ਼ਬਰਦਸਤ ਕੰਮ। ਕੀ ਹੈ ਉਹ ਤਾਂ ਸ਼ੀਸ਼ ਮਹਿਲ ਪੜ੍ਹ ਲਿਆ ਮੈਂ, ਪਲੇਸ ਆਫ ਮਿਰਰ। ਹਾਂ ਦੇਖੋ ਜੀ ਰਾਜੇ ਦੇ ਕੱਪੜੇ, ਹੁਣ ਇਹ ਵਿਆਹ 'ਚ ਕੁੜੀਆਂ ਪਾਉਂਦੀਆਂ। ਜਾਣਾ ਆਪਾਂ ਉੱਥੇ ਸੀਟਿੰਗ ਦਾ, ਤਾਂ ਫਿਰ ਕੀ ਹੋ ਗਿਆ, ਕੁਛ ਤਾਂ ਖਾਣਾ ਪੈਣਾ। ਪਤੰਗਾਂ ਦੇ ਮੁਕਾਬਲੇ ਕਰਾਏ ਜਾਂਦੇ ਹੈਗਾ ਜੀ, ਸ਼ਸਤਰ ਖਾਨਾ ਹਥਿਆਰ।
ਹਾਂ ਲਓ ਜੀ ਆੜਿਆਂ ਦੇ ਬਾਲੇ ਬੁਲੇ ਯੂਜ਼ ਕੀਤੇ ਜਾਂਦੇ ਯੁੱਧ 'ਚ ਕਟਾਰਾ ਬੰਦੂਕਾਂ ਜਿਹੜੇ ਖੰਜਰ ਜਿਹੜੇ ਕੱਪੜੇ ਰਾਜਾ ਸ਼ਸਤਰ ਆਪਣੀ ਸੇਫਟੀ ਲਈ ਪਾਉਂਦਾ ਸੀ ਜੀ ਯੁੱਧ ਦੇ ਜਾਣ ਤੋਂ ਪਹਿਲਾਂ ਆਮ 'ਤੇ ਪਾਉਣ ਲਈ ਛਾਤੀ 'ਤੇ ਸਿਰ 'ਤੇ ਆਹ ਦੇਖੋ ਜੀ ਅਸੀਂ ਉੱਪਰ ਆਏ ਹੋਏ ਹਾਂ ਇਹ ਤੁਹਾਨੂੰ ਇੱਕ ਹੋਰ ਸੱਚ ਗੱਲ ਦੱਸਾਂ ਜੀ ਆਪਣੇ ਮੂਵੀ ਆਈ ਸੀ ਸਲਮਾਨ ਖਾਨ ਦੀ ਸੈਫ ਅਲੀ ਖਾਨ ਦੀ ਹਮ ਸਾਥ ਸਾਥ ਹੈ ਕਾਫੀ ਹਿੱਟ ਮੂਵੀ ਸੀਗੀ ਕਾਫੀ ਲੰਬੀ ਮੂਵੀ ਹੈ ਸੋ ਉਹਦੇ ਵਿੱਚ ਇੱਕ ਗਾਣਾ ਸੀਗਾ ਜਦੋਂ ਉਹ ਜਾਂਦੇ ਜੋਧਪੁਰ ਮਾਰੇ ਹਿਵੜਾ ਮੈਂ ਨਾਚੇ ਮੋਰ ਉਹ ਇਹੀ ਕਿਲ੍ਹੇ ਦੇ ਵਿੱਚ ਫਿਲਮਾਇਆ ਗਿਆ ਗਾਣਾ ਹੈ ਜੀ ਇਹੀ ਕਿਲ੍ਹੇ ਦੇ ਵਿੱਚ ਸਾਰੀ ਸ਼ੂਟਿੰਗ ਹੋਈ ਸੀ ਜੀ ਉਹਦੀ ਆਹ ਰਾਜਾ ਨੇ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਜੀ ਮੈਂ ਕਿਹਾ ਆਹ ਰਾਜਾ ਨੇ ਬਹੁਤ ਸੋਹਣੀਆਂ ਚੀਜ਼ਾਂ ਬਣਾਈਆਂ ਹਾਂ ਜੀ ਉਸ ਟਾਈਮ ਦੇ ਦਰਵਾਜ਼ੇ ਜਿਹੜੇ ਉਹਨੇ ਗਲਾਸ ਦੇ ਵਿੱਚ ਰੱਖੇ ਹੋਏ ਆ ਬੰਦ ਕਰਕੇ ਕਿ ਹੋਰ ਖਰਾਬ ਨਾ ਹੋਣ ਬਹੁਤ ਵਧੀਆ ਕਲਾਕਾਰੀ ਕੀਤੀ ਹੋਈ ਇਹਨਾਂ ਦੇ ਲੱਕੜ ਦੀ ਛਤੀਰੀ ਜੀ ਜਿਹਨੂੰ ਗਾਡਰ ਅੱਜ ਕੱਲ੍ਹ ਆਪਾਂ ਲਾਉਂਦੇ ਹਾਂ ਲੱਕੜ ਦਾ ਲੱਗਾ ਹੋਇਆ ਦੇਖੋ ਉਸ ਟਾਈਮ ਦੀ ਬੱਚਿਆਂ ਦੇ ਪਾਲਣੇ ਜੀ ਰਾਜਿਆਂ ਦੀ ਨਾ ਤਾਂ ਵੋਟੀਆਂ ਘੱਟ ਹੁੰਦੀਆਂ ਅਤੇ ਨਾ ਬੱਚੇ ਪਾਲਣੇ ਤਾਂ ਜ਼ਿਆਦਾ ਲੱਗਣੀ ਆ ਜੀ
क्या खूबसूरत जगह है जी। ਇਹ ਜੀ ਹੈਗਾ ਜੀ ਉਸ ਰਾਜੇ ਦਾ ਦਰਬਾਰ ਜਿੱਥੇ ਮੰਤਰੀ ਸੰਤਰੀ ਬੈਠ ਕੇ ਫੈਸਲੇ ਸੁਣਾਇਆ ਕਰਦੇ ਸੀ, ਕਿਸੇ ਵੀ ਚੀਜ਼ ਨੂੰ ਡਿਸਕਸ ਕੀਤਾ ਜਾਂਦਾ ਸੀ, ਕੋਈ ਆਪਣੇ ਰਣਨੀਤੀ ਬਣਾਈ ਜਾਂਦੀ ਸੀਗੀ ਲੜਾਈਆਂ ਦੀ ਕਿਸੇ ਵੀ ਤਰੀਕੇ ਦੀ। ਇਹ ਉਹ ਦਰਬਾਰ ਹੈ ਜੀ, ਸਾਹਮਣੇ ਰਾਣੇ ਦਾ ਰਾਜੇ ਦਾ ਸਿੰਘਾਸਨ ਲੱਗਾ ਹੈ ਜੀ, ਔਰ ਆਲੇ ਦੁਆਲੇ ਇੱਥੇ ਉਹਨਾਂ ਦੇ ਮੰਤਰੀ ਸੰਤਰੀ ਬੈਠਦੇ ਸੀ। ਲਓ ਜੀ ਦੋਸਤੋ, ਇਹ ਹੈਗੀ ਆ ਜਨਾਨੀ ਡਿਉੜੀ। ਜਨਾਨੀ ਡਿਉੜੀ ਦਾ ਮਤਲਬ ਜੀ ਕਿ ਇਹ ਰਾਣੀਆਂ ਦਾ ਇਲਾਕਾ ਹੈ ਜੀ, ਮਹਾਰਾਣੀਆਂ ਦਾ। ਇਸ ਏਰੀਏ ਦੇ ਵਿੱਚ ਸਿਰਫ ਜਨਾਨੀਆਂ ਹੀ ਆਉਂਦੀਆਂ ਸੀ, ਕਿਸੇ ਵੀ ਮਰਦ ਨੂੰ ਆਉਣ ਦੀ ਇੱਥੇ ਪ੍ਰਵਾਨਗੀ ਨਹੀਂ ਸੀ। ਰਾਜਾ ਆ ਸਕਦਾ ਸੀ, ਉਸ ਤੋਂ ਬਿਨਾਂ ਕੋਈ ਨਹੀਂ ਸੀ ਆ ਸਕਦਾ। ਇਹ ਸਿਰਫ ਤੋਂ ਸਿਰਫ ਜਨਾਨਾ ਏਰੀਆ ਜਿੱਦਾਂ ਤੁਸੀਂ ਕਹਿ ਸਕਦੇ ਆ ਇਹਨੂੰ ਕਿ ਰਾਣੀਆਂ ਦਾ, ਔਰ ਇੰਨਾ ਕੁ ਸੋਹਣਾ ਬਣਿਆ ਹੋਇਆ ਹੈ ਜੀ, ਇੰਨੀ ਕੁ ਇਹਦੀ ਕਲਾਕਾਰੀ ਵਧੀਆ ਕੀਤੀ ਹੋਈ ਹੈ। ਕਿੰਨੀਆਂ ਕੁ 'ਚ ਵਿੰਡੋਜ਼ ਦਿੱਤੀਆਂ ਹੋਈਆਂ ਜਿੱਥੋਂ ਰਾਣੀਆਂ ਮਹਿਲ ਨੂੰ ਹਵਾ ਜਾਂਦੀ ਸੀ, ਇੱਥੇ ਆਹ ਜਗ੍ਹਾ ਦੇ ਉੱਤੇ ਰਾਣੀਆਂ ਆਪਣਾ ਨ੍ਰਿਤ ਵਗੈਰਾ ਆਪਣਾ ਗਾ ਕੇ ਨੱਚ ਕੇ ਟੱਪ ਕੇ ਆਪਣਾ ਮਨੋਰੰਜਨ ਕਰਦੀਆਂ ਸੀ। ਆਹ ਦੇਖੋ, ਉਹ ਸਾਹਮਣੇ ਰਾਣੀ ਦਾ ਸਿੰਘਾਸਨ ਲੱਗਦਾ ਸੀ, ਉੱਥੋਂ ਹੀ ਉਹ ਇੱਥੇ ਸਾਹਮਣੇ ਨ੍ਰਿਤ ਵਗੈਰਾ ਸਾਰੀ ਦੇਖਦੀ ਸੀ। ਹੁਣ ਉਹਨੂੰ ਕਵਰ ਕੀਤਾ ਹੋਇਆ ਜੀ ਸਾਹਮਣੇ ਪਰਦੇ ਲਗਾ ਕੇ। ਇਹ ਜੀ ਕ੍ਰਾਫਟ ਬਾਜ਼ਾਰ ਲੱਗਾ ਹੋਇਆ। ਇਹ ਸਾਰਾ ਕ੍ਰਾਫਟ ਬਾਜ਼ਾਰ ਹੈ ਜੀ। ਮੰਦਰ ਹੈ, ਮੰਦਰ ਆਹ ਮੰਦਰ ਹੈ ਜੀ ਉਸ ਟਾਈਮ ਦਾ ਰਾਜਿਆਂ ਦਾ, ਕਿਉਂਕਿ ਸਾਡੇ ਸ਼ੂਜ਼ ਪਾਏ ਹੋਏ ਆ ਤਾਂ ਅਸੀਂ ਅੰਦਰ ਨਹੀਂ ਜਾ ਸਕਦੇ, ਕਿਉਂਕਿ ਸ਼ੂਜ਼ ਉਤਾਰ ਕੇ ਹੀ ਅੰਦਰ ਜਾਣ ਦੀ ਪ੍ਰਵਾਨਗੀ ਹੈ ਜੀ। ਚਲੋ, ਉਹ ਤਾਂ ਉਤਾਰਨੇ ਵੀ ਚਾਹੀਦੇ ਜੀ, ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ। ਤੁਸੀਂ ਆ ਡੋਰ ਦੇਖੋ ਜੀ, ਉਹਦੇ ਲਾਜਵਾਬ ਆ ਦੇਖੋ ਜੀ, ਅੱਜ ਕੱਲ੍ਹ ਦੀ ਜਵਾਨੀ ਆ ਬੈਠੀ ਆ। ਆ ਬੁੱਢਾ ਬੰਦਾ ਹਜੇ ਤੱਕ ਨਹੀਂ ਬੈਠਾ ਅਤੇ ਇਹਨਾਂ ਦੀ ਬੱਸ ਹੋ ਗਈ। ਜੀ ਰਾਜਿਆਂ ਦੀਆਂ ਤੋਪਾਂ, ਉਹ ਦੇਖੋ ਸਾਹਮਣੇ ਪੂਰਾ ਜੋਧਪੁਰ ਸ਼ਹਿਰ ਹੈ ਜੀ। ਇੱਧਰੋਂ ਫਿਰ ਜਦੋਂ ਕੋਈ ਅਟੈਕ ਕਰਦਾ ਸੀ ਫਿਰ ਇੱਥੋਂ ਹੀ ਹਮਲਾ ਕਰ ਦਿੱਤਾ ਜਾਂਦਾ ਸੀ ਉਹਨਾਂ 'ਤੇ। ਪੂਰੀ ਬਲੂ ਸਿਟੀ ਦਿਖਦੀ ਪਈ ਹੈ ਜੀ, ਜੋਧਪੁਰ ਨੂੰ ਬਲੂ ਸਿਟੀ ਵੀ ਕਿਹਾ ਜਾਂਦਾ ਤੁਹਾਨੂੰ ਪਤਾ ਹੀ ਹੈ। ਆਹ ਮੰਦਰ ਹੈ ਜੀ, ਆ ਇੱਧਰ ਇੱਕ ਜਲ ਕੁੰਡ ਹੈ ਜੀ, ਥੱਲੇ ਜਲ ਕੁੰਡ ਦੇ ਨਾਲ ਹੀ ਉਹ ਬਹੁਤ ਸੋਹਣਾ ਮੰਦਰ ਹੈ ਜੀ ਕਾਲਕਾ ਜੀ ਦਾ, ਸੋਰੀ ਸ਼ਾਇਦ ਚਮੁੰਡਾ ਜੀ ਦਾ ਜੀ, ਉਹ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੱਸ ਦਾਂਗਾ ਜੀ। ਲਓ ਜੀ, ਇਹਦੇ ਨਾਲ ਹੀ ਸਾਡਾ ਮਹਿਰਾਨਗੜ੍ਹ ਫੋਰਟ ਦਾ ਟੂਰ ਪੂਰਾ ਹੁੰਦਾ ਹੈ ਜੀ। ਸੋ ਜਿੰਨਾ ਕਿ ਇਹਨਾਂ ਨੇ ਟੂਰਿਸਟ ਲਈ ਖੋਲ੍ਹਿਆ ਹੋਇਆ ਸੀ ਸਾਰਾ ਦੇਖ ਲਿਆ ਹੈ ਜੀ। ਹੁਣ ਚੱਲੇ ਹਾਂ ਜੀ ਵਾਪਸ, ਬਹੁਤ ਸੋਹਣਾ ਫੋਰਟ ਸੀ ਜਿੰਨੇ ਵੀ ਅਸੀਂ ਆਪਣੇ ਇਸ ਟੂਰ ਦੇ ਦੌਰਾਨ
ਕਿਲੇ ਪੈਲੇਸਿਸ ਦੇਖੇ ਆ ਜੀ। ਇਹ ਵੀ ਉਹਨਾਂ ਵਿੱਚੋਂ ਇੱਕ ਬਹੁਤ ਵਧੀਆ ਲੱਗਾ, ਕਿਉਂਕਿ ਇੱਕ ਤਾਂ ਕਾਫੀ ਸਾਂਭ ਸੰਭਾਲ ਹੋ ਰਹੀ ਹੈ ਇਹਦੀ, ਕਾਫੀ ਸਹੀ ਹਾਲਤ ਦੇ ਵਿੱਚ ਹੈ। ਨਹੀਂ ਤੁਹਾਨੂੰ ਪਤਾ ਕਿ ਇੱਦਾਂ ਦੇ ਵੀ ਸਾਡੇ ਟੂਰ ਦੇ ਵਿੱਚ ਬਹੁਤ ਪੈਲੇਸਿਸ ਜਾਂ ਫੋਰਟ ਸੀਗੇ ਕਿ ਜਿਹੜੇ ਬਿਲਕੁਲ ਹੀ ਡੈਮੇਜ ਹੀ ਹੋ ਚੁੱਕੇ ਸੀਗੇ, ਕਿ ਕੁਛ ਹੈ ਹੀ ਨਹੀਂ ਸੀ, ਜਸਟ ਇੱਕ ਪਤਾ ਸੀ ਕਿ ਇੱਥੇ ਕਦੀ ਫੋਰਟ ਹੁੰਦਾ ਸੀ, ਪਰ ਨਹੀਂ, ਇਹ ਕਾਫੀ ਜ਼ਿਆਦਾ ਸੰਭਾਲਿਆ ਹੋਇਆ ਆ, ਕਾਫੀ ਅੱਛੀ ਦੇਖ ਰੇਖ ਦੇ ਹੇਠਾਂ ਆ ਜੀ, ਕਾਫੀ ਸਾਫ਼ ਸਫਾਈ ਦਾ ਪ੍ਰਬੰਧ ਹੈ, ਪਾਣੀ ਦਾ ਪ੍ਰਬੰਧ ਹਰ ਜਗ੍ਹਾ ਹੈ, ਕਿਉਂਕਿ ਇੱਥੇ ਗਰਮੀ ਤੁਹਾਨੂੰ ਪਤਾ ਜ਼ਿਆਦਾ ਆ ਜੀ। ਰਾਜਸਥਾਨ ਦੇ ਵਿੱਚ ਅੱਜ ਵੀ ਕਾਫੀ ਜ਼ਿਆਦਾ ਗਰਮੀ ਹੈ, ਮਤਲਬ ਸਾਡੀ ਵੀ ਹੁਣ ਬੱਸ ਹੀ ਆ ਤੁਸੀਂ ਮੰਨ ਲਓ, ਤੁਰ ਤੁਰ ਕੇ, ਕਿਉਂਕਿ ਧੁੱਪ ਬਹੁਤ ਸੀ, ਬਹੁਤ ਤਿੱਖੀ ਧੁੱਪ ਪੈ ਰਹੀ ਆ। ਇਹ ਸਹੀ ਜਿਹੜਾ ਟਾਈਮ ਹੈ ਜੀ ਇੱਥੇ ਆਉਣ ਦਾ, ਨਵੰਬਰ ਦਸੰਬਰ ਹੀ ਹੈ ਜੀ, ਉਹਨਾਂ ਉਸ ਮੌਸਮ ਦੇ ਵਿੱਚ ਹੀ ਇੱਥੇ ਆਉਣਾ ਚਾਹੀਦਾ ਅਗਰ ਤੁਸੀਂ ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਦੇਖਣਾ ਚਾਹੁੰਦੇ ਹਾਂ ਰਾਜਸਥਾਨ 'ਚ। ਸੋ ਹੁਣ ਇੱਥੇ ਅਸੀਂ ਮਹਿਰਾਨਗੜ੍ਹ ਫੋਰਟ ਦਾ ਇੱਥੇ ਹੀ ਸਫ਼ਰ ਪੂਰਾ ਕਰਦੇ ਹਾਂ ਜੀ, ਮਿਲਦੇ ਹਾਂ ਜੀ ਰਾਹਾਂ ਦੇ ਵਿੱਚ।